ਪਲੇਸ ਸਿੰਘ ਆ ਜੀ ਫਿਰ ਮੁਕਾਬਲਾ ਚੱਲੀ ਜਾਂਦਾ ਸੀਗਾ ਅੱਗੇ ਮੈਂ ਪਤਾ ਸ਼ੇਰ ਵੱਜਦੀ ਮੈਂ ਆ ਦੋਨਾਂ ਦੀ ਕੀਮਤ 3-4 ਲੱਖ ਦੇ ਕਰੀਬ ਕਰੀਬ ਆ ਦੋਨੇ ਮੱਝਾਂ ਦੀ ਉਹੀ ਕਹਿੰਦੇ ਨੇ ਮੱਝਾਂ ਮੱਝਾਂ ਕੱਢਦਾ ਇਹਨਾਂ ਨੇ ਜਾ ਕੇ ਮਗਲੇ ਪਾ ਲੇਵੇ ਵੇਖ ਲਓ ਕਾਣੇ ਲੇਵੇ ਆ ਇਹ 20-22 ਲੀਟਰ ਦੀਆਂ ਮੱਝਾਂ ਦੋਨੇ ਹੈਗੀਆਂ ਇਹਨਾਂ ਨੂੰ ਪ੍ਰਾਇਜ ਉਹਨਾਂ ਨੂੰ 3-5 ਕੁੱਤ ਦੇਦਾ 4-5 ਮਹੀਨੇ ਕੱਢਦੇ ਸੀ ਨਹੀਂ ਲੈ ਰੌਲਾ ਪਾ ਕੇ ਇੱਥੇ ਆ ਗਏ ਜਾਂ ਸ਼ਰਿਆਮ ਧੱਕਾ ਕਰੋੜਾਂ ਰੁਪਇਆ ਸਰਕਾਰ ਲਾਈ ਜਾਂਦੇ ਆ ਡਾਕਟਰ ਰਲ ਕੇ ਵਿੱਚ ਹਿੱਸਾਬੰਦੀ ਕਰਕੇ ਪੈਸੇ ਖਾਂਦੇ ਆ ਸ਼ਰਿਆਮ ਧੱਕਾ ਸ਼ਰਿਆਮ ਉਹਨਾਂ ਦਾ ਧੱਕਾ ਹੋਇਆ ਪਿੱਛੇ ਬਾਕੀ ਪਿੱਛੇ ਹੋ ਕੇ ਅੰਦਾਜ਼ਾ ਤੁਸੀਂ ਆਪ ਲੱਗਦੇ ਮੱਝਾਂ ਦਾ ਦੁੱਧ ਇਹਨਾਂ ਦਾ ਕਿੰਨਾ ਉਹਨਾਂ ਦਾ ਕਿੰਨਾ ਇਹਨਾਂ ਨੇ ਕੱਢਿਆ ਕਹਿੰਦੇ ਜਾਂ ਇਹਨਾਂ ਨੂੰ ਦੱਸੋ ਵੀ ਮੋਹਰਾ ਪਿਓਰ ਇਹਨਾਂ ਨੇ ਲਿਖਿਆ ਪਿਓਰ ਮੋਹਰਾ ਹੈ ਕਿ ਨਹੀਂ ਹੈ ਉਹ ਵੇਖੋ ਵੀ ਪਿਓਰ ਮੋਹਰਾ ਹੈ ਕਿ ਨਹੀਂ ਹੈ ਇਹਨਾਂ ਨੰਬਰ ਕਿੰਨਾ ਜੀ ਰਜਿਸਟ੍ਰੇਸ਼ਨ ਨੰਬਰ ਇਹਦਾ 1946 ਨਹੀਂ ਇਹ ਹੁਣ ਦੁੱਧ ਦੇ ਮੁਕਾਬਲੇ ਚੋਂ ਪਿੱਛੇ ਰਹਿ ਗਈਆਂ ਜਾਂ ਫਿਰ ਨਹੀਂ ਜੇ ਨਸਲ ਚਲਾਈਆਂ ਸੀ ਇਹ ਨਸਲ ਚਲਾਈਆਂ ਦੁੱਧ ਦਾ ਤਾਂ ਸ਼ਾਮ ਤੋਂ ਲੱਗਣਾ ਸੀ ਅੱਛਾ ਇਹਦਾ ਦੁੱਧ ਦਾ ਮੁਕਾਬਲਾ ਜਿਹੜਾ ਸੂਈਆਂ ਮੱਝਾਂ ਦਾ ਦੁੱਧ ਦਿੰਦਗਾਂ ਦਾ ਮੁਕਾਬਲਾ ਸੀ ਇਹਨਾਂ ਨੇ ਕੁਛ ਨਹੀਂ ਡਾਕਟਰਾਂ ਨੇ ਵੇਖਿਆ ਚੁੱਪ ਕਰਕੇ ਤੜਕੇ ਦੇ ਉਹਨਾਂ ਦੇ ਚਾਰ ਸਪਰੇ ਫਿਰਦੇ ਨਾਲ ਉਹ ਤੁਰੇ ਫਿਰਦੇ ਸੀਗੇ ਉਹਨਾਂ ਨੇ ਉਹ ਤਿੰਨਾਂ ਨੂੰ ਟਰੈਕ ਲਾ ਦੇ ਤੇ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਸਕਦੇ ਆ ਚੌਥਾ ਪੰਜਵਾਂ ਨੰਬਰ ਕਿਹੜੀ ਵਿੱਚ ਉਹ ਅਸੀਂ ਦਿੰਦੇ ਸੀ ਅਸੀਂ ਨਹੀਂ ਲੈਂਦੇ ਸਾਡੇ ਪਹਿਲਾਂ ਦੂਜੇ ਵਾਲੀਆਂ ਮੱਝਾਂ ਜੀ ਜਾਨੀ ਇਹਨਾਂ ਦੀ ਕੀਮਤ 3-4 ਲੱਖ ਰੁਪਏ ਦੋਵਾਂ ਦੀ ਇਹਨੂੰ ਕਿੰਨਾ ਨੰਬਰ ਦਿੰਦੇ ਸੀ ਇਹਨੂੰ ਤਾਂ 4-5 ਮਹੀਨੇ ਦਿੰਦੇ ਰੁਪਏ ਤਾਂ ਲੈਣਾ ਨਹੀਂ ਨੰਬਰ ਜੀ ਇੱਕ ਹਰਿਆਣੇ ਤੋਂ ਪੀਡੀ ਮਾਸਟਰ ਦੀ ਮੱਝ ਆਈ ਸੀਗੀ ਚੈਂਪੀਅਨ ਹਰਿਆਣੇ ਦੇ ਵਿੱਚ ਬਣਿਆ ਉਹ ਮੇਰਾ ਯਾਰ ਦੋਤਾ ਸੀ ਉਹਦੇ ਕੋਲ ਜਾਂਦੇ ਹੁੰਦੇ ਮੈਂ ਹਰਿਆਣੇ ਚੋਂ ਪਰ ਮੈਂ 1,42,000 ਦੀ ਲਿਆਇਆ ਸੀਗਾ ਉਹਨੂੰ ਕਿੰਨੀ ਦੇਰ ਪਹਿਲਾਂ ਲੈਂਦੀ 1,42,000 ਇੱਕ ਸਾਲ ਹੋ ਗਿਆ ਜੀ 1,42,000 ਦੀ ਕਦੇ ਪਹਿਲਾਂ ਮੁਕਾਬਲਾ ਜਿੱਤੀ ਹੈ ਕਿਤੇ ਨਹੀਂ ਜੀ ਐਤਕੀ ਲਾਈ ਆ ਮੁਕਾਬਲੇ ਤੇ ਲੈਂਦੀ ਪਹਿਲੀ ਵਾਰੀ ਹੈ ਹਾਂਜੀ ਪਹਿਲੀ ਵਾਰ ਲੈਂਦੀ ਹੈ ਤੁਸੀਂ ਫਿਰ ਇੰਨੇ ਕਿਵੇਂ ਸ਼ੋਰ ਸੀ ਕਿ ਪਹਿਲੀ ਵਾਰੀ ਚ ਪਹਿਲਾ ਨੰਬਰ ਆਉਂ ਗਿਆ ਸਾਡਾ ਆਈਆਂ ਜੀ ਪਰ ਵੀ ਸਾਡੇ ਦਾ ਧੱਕਾ ਪਰ ਬਠਿੰਡੇ ਤੇ ਸਾਡੀ ਪਹਿਲੇ ਨੰਬਰ ਤੇ ਆਈ ਇੱਕ ਕੁਆਲ ਸਿੰਘ 5 ਕਰਾਈ ਦਾ ਉਹਦੀ 5ਵੇਂ ਤੇ ਬਠਿੰਡੇ ਆਈ ਸੀ ਇੱਥੇ ਉਹ ਸਾਡੀ ਪਹਿ ਉਹ 5 ਕਰਾਈ ਕੁਆਲ ਦੀ ਪਹਿਲੇ ਤੇ ਗੱਡੀ ਸਾਡੀ ਦੂਜੇ ਤੇ ਗੱਡੀ ਪਰ ਵੀ ਧੱਕਾ ਸਾਡੇ ਨਾਲ ਹੋਇਆ ਐਂ ਕਿ ਸ਼ਰਿਆਮ ਫੇਰ ਹੋਇਆ ਪਰ ਵਾਲੇ ਕੁਆਲ ਵੀ ਸਾਨੂੰ ਇਹੀ ਵਿਖਾ ਦਿੰਦੇ ਆ ਇਹ ਜਿਹੜੀ ਬਠਿੰਡੇ ਪਹਿਲੇ ਨੰਬਰ ਤੇ ਆਈ ਸੀ ਉਹ ਕਿੱਥੇ ਆ ਖੜੀ ਜੀ ਬਠਿੰਡੇ ਤੇ ਆਈ ਸੀ ਇਹ ਉਹਦੇ ਸੂਈ ਸੀ ਮੈਲ ਗਿਆ ਨਹੀਂ ਸੀ ਬਠਿੰਡੇ ਪਹਿਲੇ ਨੰਬਰ ਤੇ ਇਹ ਸੀ ਹਾਂਜੀ ਇਹਨੂੰ ਹੁਣ ਕੋਈ ਨੰਬਰ ਨਹੀਂ ਹੈਗਾ ਕੋਈ ਨੰਬਰ ਨਹੀਂ ਦਿੱਤਾ ਜੀ ਇਹਦਾ ਨੰਬਰ ਕਿੰਨਾ ਹੈਗਾ ਉਂਝ 1235 ਇੱਥੇ ਕੋਈ ਸੁਣਵਾਈ ਨਹੀਂ ਜੀ ਸਰਕਾਰ ਕਰੋੜਾਂ ਰੁਪਇਆ ਲਾਈ ਜਾਂਦਾ ਮਿੱਟੀ ਮਲਾਈ ਜਾਂਦੇ ਆ ਕਿੱਥੋਂ ਇਹ ਸਰਕਾਰ ਕਿੱਥੋਂ ਦੀ ਹੈ ਕਿਹੜਾ ਪਿੰਡ ਦਾ ਸਰਕਾਰ ਕਿਉਂ ਵੈਰੋਕੀ ਚੱਕ ਵੈਰੋ ਜੀ ਹੋਰ ਬਹੁਤ ਹੀ ਸਾਡੇ ਸਰਕਾਰ ਨੇ ਸਾਡੇ ਜ਼ਿਲ੍ਹੇ ਦੇ ਡੀਜੀ ਸਾਹਿਬਾਂ ਕਿੰਨੀਆਂ ਉਹਨਾਂ ਦੀ ਕੀਮਤ ਕਿਹੜੇ 40-40 ਹਜ਼ਾਰ ਲੱਗਾ ਮੈਂ ਇਹਨਾਂ ਨੇ ਪੈਸੇ ਲੈ ਕੇ ਹਿੱਸਾ ਕਰਕੇ ਆਸਟਰ ਸਾਈਡ ਕੱਢੀਆਂ ਇਹਨਾਂ ਨੇ ਤੁਹਾਨੂੰ ਲਿਆਉਣ ਦੇ ਪੈਸੇ ਦਿੱਤੇ ਇਹਨਾਂ ਨੇ ਟੈਂਪੂ ਦੇ ਨਾ ਇਹਨਾਂ ਨੇ ਸਾਨੂੰ ਕਿਤੇ ਦਿੱਤਾ ਹੁਣ ਤਰਾਜ ਲਾਇਆ 1,000-1,000 ਹੋਰ ਲੈ ਲਿਆ ਹੁਣ ਇਹਨਾਂ ਨੇ ਦੇਣਾ ਕਰਨਾ ਕੀ ਆ 1,000-1,000 ਕਿਹਦਾ ਲੈ ਲਿਆ ਅਗੇ ਤਰਾਜ ਲਾਉਂਦੇ ਤਰਾਜ ਫੀਸ ਭਰੋ ਹੁਣ 1,000-1,000 ਲਿਆ ਕੇ ਕਿੰਨੇ ਲਏ ਆ ਅੱਛਾ ਫਿਰ ਫੈਲਾ ਕਿਹੜਾ ਫਿਰ ਉੱਤੋਂ ਜੱਜ ਆਉਣਗੇ ਇਹਦੇ ਵਧਕਾਰ ਚੰਗੀ ਨਸਲ ਦੇ ਪਸ਼ੂ ਪੈਦਾ ਕਰੋ ਇਤੋਂ ਚੰਗੀ ਕਿੱਥੋਂ ਕਰਕੇ ਪੈਦਾ ਕੋਈ ਦੱਸੋ ਇਹਨਾਂ ਨੂੰ ਪੁੱਛੋ ਮੈਂ ਸਭ ਤੋਂ ਪਹਿਲਾਂ ਵੈਲਕਮ ਧੱਕਾ ਸ਼ਾਹੀ ਰੋਕਿਆ ਜਾਵੇ ਸਹੀ ਇਨਸਾਫ ਹੋਣਾ ਚਾਹੀਦਾ ਜਿਹਦੇ ਪਹਿਲੇ ਨੰਬਰ ਤੇ ਚੰਗੀ ਮੈਂ ਉਹ ਪਹਿਲੇ ਤੇ ਆਇਆ ਜੀ ਦੂਜੇ ਤੇ ਦੂਜੇ ਤੇ ਹੋਣੀ ਚਾਹੀਦੀ ਧੱਕੇ ਸ਼ਾਹੀ ਦੇ ਦੋਸ਼ੀ ਕੌਣ ਹੈ ਡਾਕਟਰ ਆ ਜੀ ਜਿਹੜੇ ਜੱਜ ਇਹਨਾਂ ਨੇ ਲਾਏ ਆ ਸ਼ਾਹ ਦੇ ਵਿੱਚ ਅਜੇ ਸਰਕਾਰ ਵੀ ਗੱਲਾਂ ਹੋਰ ਇਸ ਮੇਲੇ ਦੀ 2500 ਜਿਹੜਾ ਪਸ਼ੂ ਦਾ ਮੇਲੇ ਸ਼ਾਹ ਇੱਥੇ ਕੁਝ ਲੋਕ ਇਤਰਾਜ ਕਰਦੇ ਆ ਵੀ ਇਹ ਮੱਝ ਫਸ ਤੇ ਲੈ ਕੇ ਹੈ ਨਹੀਂ ਸਾਡੀ ਮੱਝ ਫਸ ਤੇ ਲੈ ਗਿਆ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਵੀ ਇਹ ਨਸਲ ਦਾ ਦੇ ਮੁਕਾਬਲੇ ਆ ਉਹਨਾਂ ਮੱਝਾਂ 2-2 ਦਿਨ ਹੋ ਗਏ ਚੋਈਆਂ ਨਹੀਂ ਗਈਆਂ ਇਹ ਨਸਲ ਦੇ ਮੁਕਾਬਲੇ ਡਾਕਟਰ ਸਾਹਿਬ ਨਾਲ ਉਹਨਾਂ ਨੂੰ ਲਿਆ ਕਹਿਣਾ ਧੰਨਵਾਦ ਕਰਦਾ ਤੇ ਸਾਰੇ ਪ੍ਰਸ਼ਾਸਨ ਦਾ ਜ਼ਿਲ੍ਹੇ ਦਾ ਅਫਸਰ ਸਾਹਿਬਾਨਾਂ ਦਾ ਕਿ ਜਿਹਨਾਂ ਨੇ ਸਾਰਾ ਪ੍ਰਬੰਧ ਕਰਕੇ ਤੁਹਾਡਾ ਵੱਖਰੇ ਵੱਖਰੇ ਢੰਗ ਦੇ ਨਾਲ ਮੁਕਾਬਲੇ ਕਰ ਰਹੇ ਨੇ ਜੱਜ ਸਾਹਿਬਾਨਾਂ ਕੋਲੋਂ ਇਹ ਜਿਹੜਾ ਮੇਲੇ ਨੇ ਸਾਡੀ ਜਿਹੜੀ ਸੋਚ ਹੈ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਗਰੀਲਾ ਬਾਦਾ ਜਿਹੜਾ ਹੈ ਉਹ ਵੱਧ ਰਿਹਾ ਖਾਤਾ ਸਪਰੇਆਂ ਨਾਲ
ਇੱਥੋਂ ਤੱਕ ਕਿ ਪਸ਼ੂਆਂ ਦਾ ਵੀ ਨਿਸ਼ਾਨ ਹੁੰਦਾ ਪਿਆ। ਹਰਾ ਚਾਰਾ ਜਿਹੜਾ ਆਪਾਂ ਪਾ ਰਹੇ ਉਹਦੇ ਵਿੱਚ ਵੀ ਜ਼ਹਿਰੀਲਾ ਮਾਦਾ ਕਾਫੀ ਆ ਰਿਹਾ। ਵੇਖਣ ਨੂੰ ਤੁਸੀਂ ਮਿਲਿਆ ਤੁਹਾਨੂੰ ਵੀ ਪਸ਼ੂ ਦੇ ਕਈ ਨਾ ਗੰਦ ਕਰਦੇ ਜਾ ਪੀਂਦੇ, ਉਹਦਾ ਕਾਰਨ ਇਹ ਕਿ ਉਹਦਾ ਜਿਹੜਾ ਮਾਦਾ ਸਪਰੇਆਂ ਜਿਹੜੀਆਂ ਜਾਂਦੀਆਂ ਖਾਦ ਜਿਹੜੀ ਜਾਂਦੀਆਂ ਲੋੜ ਤੋਂ ਬਾਅਦ ਉਹਦੇ ਨਾਲ ਨਤੀਜਾ ਵੱਧ ਗਿਆ ਤੇ ਕਿਸਾਨ ਜਿਹੜਾ ਸਾਡਾ ਉਹ ਕਰਜ਼ਾਈ ਹੋ ਰਿਹਾ ਸੀ। ਬੇਰੁਜ਼ਗਾਰੀ ਦਾ ਮਸਲਾ ਬਹੁਤ ਵੱਡਾ ਜਿਹੜਾ ਇਸ ਪਾਸੇ ਨੂੰ ਉਸਾਹਤ ਹੋਣ। ਅੱਜ ਦਾ ਜਿਹੜਾ ਮੇਲਾ ਤਕਰੀਬਨ 2500 ਘੋੜੇ ਜਾਂ ਘੋੜੀਆਂ ਜਾਂ ਮੱਝਾਂ ਸਾਰੇ ਜਾਨਵਰ ਜਿਹੜੇ ਆ ਉਹ ਆ ਚੁੱਕੇ ਆ ਤੇ 200 ਦੇ ਕਰੀਬ ਬਾਹਰੋਂ ਯੂਪੀ ਚੋਂ, ਹਰਿਆਣੇ ਚੋਂ, ਰਾਜਸਥਾਨ ਚੋਂ, ਹਿਮਾਚਲ ਈਵਨ ਗੁਜਰਾਤ ਚੋਂ ਵੀ ਇੱਥੇ ਆਏ ਨੇ। ਉਹ ਵੀ ਬੜੇ ਸਾਥ ਨੇ। ਇਸ ਲਈ ਮੈਂ ਸਮਝਦਾ ਕਿ ਅਜੇ ਹੋਰ ਅਜੇ ਸ਼ੁਰੂਆਤ ਅੱਜ ਸ਼ੁਰੂਆਤ ਹੋਈ ਹੈ, 12 ਤੱਕ ਇਹ ਮੇਲਾ ਚੱਲਣਾ ਤੇ ਕਾਫੀ ਇਹਦੇ ਰਿਜ਼ਲਟ ਜਿਹੜੇ ਆ ਵਧੀਆ ਹੋਣਗੇ। ਇਹਨੂੰ ਸਾਥ ਕਰਨ ਵਾਸਤੇ ਕੋਈ ਸਰਕਾਰ ਵੱਲੋਂ ਹੀ ਨਵੀਆਂ ਜਿਹੜੀਆਂ ਤਜਵੀਜ਼ਾਂ ਉਹ ਹੁਣ ਚਲਾ ਰਹੇ ਹਨ। 4-5 ਮੰਡੀਆਂ ਕਰੀਬ ਨਵੀਆਂ ਜਿਹੜੀਆਂ ਉਹ ਅੱਜ ਦੇ ਸਮੇਂ ਮੁਤਾਬਕ ਵਧੀਆ ਢੰਗ ਨਾਲ ਸੈੱਟ ਜਿਹੜੇ ਆ ਉਹਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਜਿਹੜੀਆਂ ਉਹ ਪਸ਼ੂ ਪਾਲਕ ਵੀਰਾਂ ਦੀਆਂ ਪਸ਼ੂਆਂ ਵਾਸਤੇ ਰਹਿਣ ਲਈ ਹੌਸਪੀਟਲ ਡਾਕਟਰ ਵੀ ਉੱਥੇ ਮੌਜੂਦ ਹੋਣਗੇ ਉਹ ਤਿਆਰ ਕਰ ਰਹੇ ਹਨ।